ਬਲਾਚੌਰ ਦੇ ਨੇੜੇ ਪੈਂਦੇ ਪਿੰਡ ਸੋਹਰ ਵਿਖੇ ਬਾਬਾ ਨਿਹਾਲ ਸ਼ਾਹ ਜੀ ਸਪੋਰਟ ਕਲੱਬ ਵੱਲੋਂ ਸਮੂਹ ਨਗਰ ਵਾਸੀ ਅਤੇ ਐਨਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 18ਵਾਂ ਸਪੋਰਟ ਟੂਰਨਾਮੈਂਟ ਵੱਡੇ ਧੂਮਧਾਮ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਟੂਰਨਾਮੈਂਟ ਦੇ ਆਖਰਲੇ ਦਿਨ ਚੌਧਰੀ ਦਰਸ਼ਨ ਲਾਲ ਮੰਗੂਪਰ ਹਲਕਾ ਵਿਧਾਇਕ ਵੱਲੋਂ ਉਦਘਾਟਨ ਕੀਤਾ ਅਤੇ ਨੌਜਵਾਨਾਂ ਨਾਲ ਜਾਣ ਪਹਿਚਾਣ ਕਰਕੇ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਧਮਾਈ ਦੀ ਟੀਮ ਨੇ ਮੋਹਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ ਤੇ ਦੂਜੇ ਸਥਾਨ ਤੇ ਪਿੰਡ ਮੋਹਰ ਦੀ ਟੀਮ ਰਹੀ। ਇਹਨਾਂ ਦੋਨਾਂ ਟੀਮਾਂ ਨੂੰ ਕ੍ਰਮਵਾਰ 25,000 ਅਤੇ 18,000 ਦੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਕਹਿੰਦਾ ਇਹਦਾ ਥ੍ਰੈਟ ਜਿਹੜਾ ਹੈਗਾ ਕਲੱਬਾਂ ਨੂੰ ਜਾਂਦਾ, ਕਲੱਬ ਦੇ ਪ੍ਰਧਾਨ ਨੂੰ, ਸਾਰੀ ਟੀਮ ਨੂੰ, ਔਰ ਇਸ ਪਿੰਡ ਦੀ ਮੈਂ ਕਹਿੰਦਾ ਪੰਚਾਇਤ ਨੂੰ ਵੀ ਜਾਂਦਾ ਜਿਹੜਾ ਕਿ ਬੱਚਿਆਂ ਨੂੰ ਹਮੇਸ਼ਾ। ਚੌਧਰੀ ਸਾਹਿਬ, ਸਰਕਾਰ ਵੱਲੋਂ ਕਿਹੜੀਆਂ ਸਕੀਮਾਂ ਇਸ ਵੇਲੇ ਚੱਲ ਰਹੀਆਂ ਜੀ? ਅਸੀਂ ਸਪੋਰਟਸ ਕਲੱਬ, ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਮੈਂ, ਅਸੀਂ ਬਲਾਚੌਰ ਦੇ ਇੱਕ ਆਧੁਨਿਕ ਜਿਹੜਾ ਵਧੀਆ ਸਟੇਡੀਅਮ ਲੈ ਕੇ ਆ ਰਹੇ ਹਾਂ। ਜਿਸ ਦਿਨ ਸਾਡੇ ਸੋਢੀ ਸਾਹਿਬ ਉੱਥੇ ਆਏ ਸੀਗੇ, ਅਸੀਂ ਸਭ ਤੋਂ ਮੰਗ ਇਹੀ ਰੱਖੀ ਵੀ ਮੇਰੇ ਹਲਕੇ ਦੇ ਵਿੱਚ ਕੋਈ ਸਟੇਡੀਅਮ ਨਹੀਂ ਹੈ ਜਿੱਥੇ ਬੱਚੇ ਖੇਡ ਸਕਣ, ਸਾਡੇ ਬੱਚੇ ਵੀ ਜਿਹੜੇ ਇੰਟਰਨੈਸ਼ਨਲ ਖੇਡ ਸਕਣ। ਉਹਨਾਂ ਨੇ ਉਸੇ ਦਿਨ ਮੇਰੀ ਮੰਗ ਮਨਜ਼ੂਰ ਕਰ ਲਈ, ਜਲਦੀ ਜਿਹੜਾ ਅਸੀਂ ਸਟੇਡੀਅਮ ਬਣਾਵਾਂਗੇ। ਹੋਰ ਵੀ ਸਕੀਮਾਂ ਤਾਂ ਬੜੀਆਂ ਚੱਲ ਰਹੀਆਂ। ਹੁਣ ਜੇ ਤੁਸੀਂ ਕਹੋ, ਜਿਸ ਦਿਨ ਤੋਂ ਵੀ ਕੈਪਟਨ ਸਾਹਿਬ ਦੀ ਸਰਕਾਰ ਆਈ ਹੈ, ਮੈਨੂੰ ਗੱਲ ਯਾਦ ਹੈ, ਲੋਕ ਕਹਿੰਦੇ ਸੀਗੇ ਵੀ ਇਹ ਕਰਜ਼ਾ ਕਿਸ ਤਰ੍ਹਾਂ ਮਾਫ਼ ਕਰੂਗਾ। ਤੁਹਾਡੇ ਸਾਹਮਣੇ ਅਸੀਂ 2 ਲੱਖ ਦਾ ਕਰਜ਼ਾ ਮਾਫ਼ ਕਰ ਰਹੇ ਹਾਂ, ਬਾਕੀ ਪ੍ਰਧਾਨ ਜੀ ਹੈ, ਸਰਪੰਚ ਸਾਹਿਬ ਹੈ, 28 ਲੱਖ ਮੇਰੇ ਹਲਕੇ ਨੂੰ, ਜਿਹੜਾ 28 ਕਰੋੜ ਇਸ ਹਲਕੇ ਦਾ ਜਿਹੜਾ ਕਰਜ਼ਾ ਮਾਫ਼। ਹੁਣ ਅਸੀਂ ਜਿਹੜਾ ਹੈਗਾ 5 ਏਕੜ ਦਾ ਕਰ ਰਹੇ ਹਾਂ। ਸਭ ਤੋਂ ਵੱਡੀ ਗੱਲ ਜਿਹੜੀ ਸੀਗੀ, ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਸੀਗੀਆਂ, ਖੇਤ ਮਜ਼ਦੂਰ ਸੀਗੇ, 22,000, 25,000 ਜਾਂ 12,000 ਦਾ ਕਰਜ਼ਾ ਸੀਗਾ, ਉਹ ਵੀ ਅਸੀਂ ਜਿਹੜਾ ਹੁਣ ਮਾਫ਼ ਕਰ ਰਹੇ ਹਾਂ। ਉਹ ਵੀ ਜਲਦੀ ਲਿਸਟਾਂ ਬਣ ਗਈਆਂ, ਉਹਨਾਂ 'ਤੇ ਵੀ ਅਸੀਂ ਲਕੀਰ ਜਿਹੜੀ ਹੈ ਪੂਰੀ ਵਾਰ ਗੱਲ ਮੈਂ। ਚੌਧਰੀ ਸਾਹਿਬ ਨੇ ਪਿੰਡ ਵਾਸੀਆਂ ਦੀ ਮੰਗਾਂ ਨੂੰ ਮੁੱਖ ਰੱਖਦੇ ਹੋਏ ਇਸ ਕਲੱਬ ਨੂੰ 1 ਲੱਖ ਰੁਪਏ ਅਤੇ ਸ਼ਮਸ਼ਾਨ ਘਾਟ ਨੂੰ ਜਾਣ ਵਾਲਾ ਰਸਤਾ ਪੱਕਾ ਕਰਨ ਅਤੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਛੇਤੀ ਲਗਵਾਉਣ ਦਾ ਵਾਅਦਾ ਕੀਤਾ ਅਤੇ ਉਹਨਾਂ ਨੇ ਕਲੱਬ ਮੈਂਬਰਾਂ ਦੀ ਖੂਬ ਪ੍ਰਸ਼ੰਸਾ ਵੀ ਕੀਤੀ, ਅੱਗੇ ਤੋਂ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਣ ਲਈ ਪ੍ਰੋਤਸਾਹਿਤ ਵੀ ਕੀਤਾ।